ਕਹਿੰਦੀ ਮੈਂ ਛੱਡਾਂਗੀ ਨਹੀਂ, ਮੇਰੇ ਮੂਲੇ ਚੱਕ ਬਹੁਤ ਵਾਕਬ ਹੈਗੇ ਆ। ਅਤੇ ਵਿਰਾਜ ਨੂੰ ਆਵਾਜ਼ ਦਿੱਤੀ, ਨਹੀਂ ਬੋਲਿਆ। ਮੈਂ ਫਿਰ ਆਵਾਜ਼ ਦਿੱਤੀ, ਨਹੀਂ ਬੋਲਿਆ। ਮੈਂ ਲੱਭਣਾ ਸ਼ੁਰੂ ਹੋ ਗਈ ਕਿਉਂਕਿ ਉਹ ਮੰਗੀ ਨੇ ਅਤੇ ਉਹਦੀਆਂ ਭੈਣਾਂ ਨੇ ਮੈਨੂੰ ਮਾਰਿਆ, ਉਹਦੀ ਮੰਮੀ ਨੇ ਮਰਵਾਇਆ ਸੀ ਮੈਨੂੰ। Fight between two children over kite grew up to such extent that one child sustained serious injuries and was admitted to hospital. Case of quarrel between two children has come to light at Radha Krishna Colony, Amritsar. The fight between two escalated so much as a result of which an 11-year-old boy named Viraj was seriously injured and was admitted to hospital for treatment. As per doctors, treatment of the child is going on. The family of the victim shared with media that their child's name is Viraj and his age is around 11 years. The previous day, Viraj had quarrel with the boy living in the neighbor over kite flying, as a result of which the boy and his family invited him to their house and hit him so bad and threw him down the roof. ACP Central Surinder Singh, while giving information to media, said that they had received information that two children had quarrel over something in which one has sustained serious injuries. Police further added that they are investigating the matter and appropriate action will be taken against whosoever is found guilty. ਮੇਰਾ ਵੀਰੋ ਨਾਮ ਹੈ, ਮੇਰੇ ਬੇਟੇ ਦਾ ਵਿਰਾਜ। ਦੋ ਦਿਨ ਪਹਿਲਾਂ ਗੁੱਡੀਆਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਅਤੇ ਉਹ ਜਨਾਨੀ ਨੇ ਜਿਹੜੇ ਮੁੰਡੇ ਨਾਲ ਲੜਾਈ ਹੋਈ ਆ, ਉਹਦੀ ਮਾਂ ਨੇ ਕੋਠੇ ਚੜ੍ਹ ਕੇ ਆਵਾਜ਼ ਦਿੱਤੀ ਕਿ ਤੁਹਾਡੇ ਮੁੰਡੇ ਨੇ ਇਹ ਆਪਸ 'ਚ ਕਿੰਨਾ ਲੜੇ ਹੈਗੇ ਆ, ਬੋਲ ਮਾਰੀ ਆ। ਅਤੇ ਮੈਂ ਕਿਹਾ ਆਪ ਅੱਗੇ ਤਾਂ ਤੁਸੀਂ ਖੇਡਣ ਨਹੀਂ ਦੇਣਾ, ਤੁਸੀਂ ਆਪਣੇ ਮੁੰਡੇ ਨੂੰ ਰੋਕੋ, ਮੈਂ ਆਪਣੇ ਨੂੰ ਰੋਕ ਲੈਂਦੀ ਹਾਂ। ਕਹਿੰਦੀ ਮੈਂ ਛੱਡਾਂਗੀ ਨਹੀਂ, ਮੇਰੇ ਮੂਲੇ ਚੱਕ ਬਹੁਤ ਵਾਕਬ ਹੈਗੇ ਆ। ਅਤੇ ਮੈਂ ਕਿਹਾ ਭੈਣ ਜੀ ਲੜਾਈ ਦੀ ਕੋਈ ਗੱਲ ਹੀ ਨਹੀਂ ਆ, ਅਤੇ ਲੜਨ ਦੇ ਹੁਣ ਤਾਂ ਫਿਰ ਤੁਸੀਂ ਕਹੋ। ਕਹਿੰਦੀ ਮੈਂ ਛੱਡਾਂਗੀ ਨਹੀਂ, ਉਹ ਦੇਵਾ ਹੈਗੀ, ਉਹਨੇ ਚੂੜਾ ਪਾਇਆ ਸੀ ਹੱਥ 'ਚ। ਮੈਂ ਸੋਚਿਆ ਨਹੀਂ ਇਹ ਇਸ ਹੱਦ ਤੱਕ ਨਹੀਂ ਜਾ ਸਕਦੀ, ਪਰ ਅੱਜ ਸਵੇਰੇ ਮੈਂ ਆਪਣੇ ਬੇਟੇ ਨੇ ਨਵਾ ਕੇ ਕੋਠੇ 'ਤੇ ਬਿਠਾਇਆ ਅਤੇ ਮੈਂ ਬਾਅਦ ਕੱਪੜੇ ਧੋਣ ਲੱਗੀ, ਥੋੜ੍ਹੀ ਦੇਰ ਬਾਅਦ ਮੈਂ ਦੇਖਿਆ ਮੇਰਾ ਬੇਟਾ ਮੇਰੇ ਲਾਗੇ ਹੀ ਰਹਿੰਦਾ ਸੀ। ਮੈਂ ਸੋਚੀ ਵਿਰਾਜ ਨੂੰ ਆਵਾਜ਼ ਦਿੱਤੀ, ਨਹੀਂ ਬੋਲਿਆ। ਮੈਂ ਫਿਰ ਆਵਾਜ਼ ਦਿੱਤੀ, ਨਹੀਂ ਬੋਲਿਆ। ਮੈਂ ਲੱਭਣਾ ਸ਼ੁਰੂ ਹੋ ਗਈ ਕਿਉਂਕਿ ਉਹ ਸਾਰੇ ਗਿਆਰਵੇਂ ਸਾਲ 'ਚ ਲੱਗਾ ਅਤੇ ਮੈਂ ਕੋਟੇ 'ਤੇ ਬੱਚਿਆਂ ਨੇ ਰੌਲਾ ਪਾਇਆ ਕਿ ਵਿਰਾਜ ਉੱਧਰ ਪਾਸੇ ਡਿੱਗਿਆ ਹੋਇਆ ਸੀ ਅਤੇ ਉਹਦੇ ਖੂਨ 'ਚ ਬਹੁਤ ਜ਼ਿਆਦਾ ਸਿਰ 'ਚ ਸੱਟ ਲੱਗੀ ਹੋਈ ਆ। ਅਤੇ ਮੈਂ ਜਦੋਂ ਉੱਧਰ ਘਰ ਦੇ ਬੈਕ ਸਾਈਡ 'ਚ ਗਈ ਅਤੇ ਵਿਰਾਜ ਖਲੋਤਾ ਸੀ ਖੁਰਲੀ ਦੇ ਲਾਗੇ ਅਤੇ ਮੈਂ ਖੂਨ ਦੇਖ ਕੇ ਰੋ ਰੋ ਕੇ ਅਤੇ ਕਹਿਣ ਲੱਗੀ ਵਿਰਾਜ ਕੀ ਹੋਇਆ ਏ, ਮੈਂ ਇੰਨੀ ਦੇਰ ਦੀ ਆਵਾਜ਼ ਦੇ ਰਹੀ ਹਾਂ ਅਤੇ ਤੂੰ ਬੋਲਦਾ ਕਿਉਂ ਨਹੀਂ ਪਿਆ। ਇਹ ਕਹਿੰਦਾ ਮੰਮੀ ਮੈਨੂੰ ਮੰਗੀ ਨੇ ਅਤੇ ਉਹਦੀਆਂ ਭੈਣਾਂ ਨੇ ਮੈਨੂੰ ਮਾਰਿਆ, ਉਹਦੀ ਮੰਮੀ ਨੇ ਮਰਵਾਇਆ ਏ ਮੈਨੂੰ ਬੜੀ ਬੁਰੀ ਤਰ੍ਹਾਂ ਉਹਦੇ। ਤੁਸੀਂ ਕੀ ਮੰਗ ਕਰਦੇ ਹੋ? ਮੈਨੂੰ ਵੀ ਜਿੱਦਾਂ ਮੇਰੇ ਬੱਚੇ ਨੂੰ ਸੱਟਾਂ ਲੱਗੀਆਂ ਇੰਨੀਆਂ ਜ਼ਿਆਦਾ, ਉਹਦੇ ਵੀ ਲੱਗਣ ਆ। ਮੈਨੂੰ ਇਨਸਾਫ ਚਾਹੀਦਾ, ਉਹਨਾਂ ਨੂੰ ਸਜ਼ਾ ਕਰਨੀ ਆ, ਬਸ ਪਰਚਾ ਕਰਨਾ ਉਹਨਾਂ ਦੇ। ਪੁਲਿਸ ਆਈ? ਕੋਈ ਪੁਲਿਸ ਅਫਸਰ ਵੀ ਕੋਈ ਜਾਂਚ ਦੇ ਕੇ ਸੁਨੇਹਾ ਦਿੱਤਾ ਤੇ ਪੁਲਿਸ ਅਫਸਰ ਨੂੰ ਕੋਈ ਕੰਪਲੇਂਟ ਨਹੀਂ ਕੀਤੀ? ਪੁਲਿਸ ਵਾਲਿਆਂ ਦਾ ਫੋਨ ਆ ਰਹੇ ਸੀ ਉੱਧਰ, ਉੱਥੇ ਸਿਵਲ ਹੋਸਪਿਟਲ 'ਚ ਮਿਲੇ ਸੀ ਪੁਲਿਸ ਵਾਲੇ ਮੈਨੂੰ। ਤੇ ਉਹਨੇ ਤੇ ਪੁਰਾਣਾ ਹੋਸਪਿਟਲ ਤੁਸੀਂ ਆਏ ਤੇ ਕੋਈ ਆਇਆ ਇਧਰ? ਨਹੀਂ ਅਜੇ ਤੱਕ ਕੋਈ ਵੀ ਨਹੀਂ ਆਇਆ, ਕਹਿੰਦੇ ਪਏ ਸੀ ਆ ਜਾਓ ਤੁਸੀਂ ਤੇ ਉਹ ਕੋਈ ਵੀ ਨਹੀਂ ਆਇਆ ਅਜੇ ਤੱਕ। ਮੁੰਡੇ ਨਾਲ ਹੋਇਆ, ਮੈਂ ਤੇ ਸਰ ਹੋ ਗਿਆ ਸੀ, ਮੈਂ ਡਿਊਟੀ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਗਿਆ ਯਾਨੀ ਕੰਮ ਦੇ ਵਿੱਚ ਤੇ ਇੱਦਾਂ ਦਾ ਗੱਲ ਹੋ ਗਈ ਤੇ ਮੈਂ ਇੱਧਰ ਆਇਆ ਹੋਸਪਿਟਲ ਆਇਆ ਸਿਵਲ ਹੋਸਪਿਟਲ ਆਇਆ ਤੇ ਫਿਰ ਘਰਦਿਆਂ ਨੇ ਮੈਨੂੰ ਦੱਸਿਆ ਕਿ ਇੱਦਾਂ ਦਾ ਗੱਲ ਹੋਈ, ਨਾਲ ਦੇ ਮੁੰਡੇ ਨੇ ਬੁਲਾ ਕੇ ਤੇ ਉਹਨੂੰ ਡੇਰੀ 'ਚ ਸੁੱਟਿਆ ਥੱਲੇ ਸੁੱਟਤਾ ਜੀ ਛੱਤ ਤੋਂ
ਤੇ ਨਾਲੇ ਦੀ ਭੈਣਾਂ ਨੇ ਮਾਰਿਆ ਤੇ ਨਾਲੇ ਦੀ ਮਾਂ ਜਿਹੜੀ ਸੀ ਉਹ ਪਿੱਛੋਂ ਵਾਜਾ ਦੇਣੀ ਇਹਨੂੰ ਮਾਰੋ ਮਾਰੋ ਮਾਰੋ। ਕਿੰਨੀ ਉਮਰ ਤੁਹਾਡੇ ਬੇਟੇ ਦੀ? ਮੇਰੇ ਬੇਟੇ ਦੀ ਉਮਰ ਹੈਗੀ ਆ 11ਵੀਂ 'ਚ ਲੱਗਾ ਜੀ, 11 ਸਾਲ 11ਵੇਂ ਸਾਲ 'ਚ ਲੱਗਾ ਥਾਣੇ। ਹਾਂਜੀ ਬੁਲਾਇਆ ਜਾ ਰਿਹਾ ਹੈ। ਹਾਂਜੀ ਬੁਲਾਇਆ ਜਾ ਰਿਹਾ। ਉਹ ਬੱਚਿਆਂ ਦਾ ਇੱਕ ਗੇਟ ਕੀ ਮਾਂ ਥਾਣੇ ਦੇ ਏਰੀਏ ਦੇ ਵਿੱਚ ਰਾਧਾ ਕਿਸ਼ਨ ਕਲੋਨੀ ਪੈਂਦੀ ਆ, ਉੱਥੇ ਇੱਕ ਮਸਲਾ ਆਇਆ, ਇੱਕ 9 ਸਾਲ ਦਾ ਬੱਚਾ ਆਇਆ ਵਿਰਾਜ, ਉਹਨੂੰ ਸੱਟ ਲੱਗੀ ਆ ਸਿਰ ਦੇ ਉੱਤੇ, ਔਰ ਇਹਦੇ ਘਰ ਦੇ ਕਹਿ ਰਹੇ ਆ ਵੀ ਇਹਦੇ ਗੁਆਂਢ 'ਚ ਇੱਕ ਮੁੰਡਾ ਰਹਿੰਦਾ ਆ, ਉਹਨੇ ਉਹਨੂੰ ਧੱਕਾ ਮਾਰਿਆ ਜਿਹਦੇ ਨਾਲ ਇੱਥੇ ਡਿੱਗਣ ਕਰਕੇ ਉਹਦੇ ਸੱਟ ਲੱਗੀ ਹੈ, ਔਰ ਉਹਨੂੰ ਤਸਦੀਕ ਕਰ ਰਹੇ ਹਾਂ, ਤਸਦੀਕ ਕਰਕੇ ਫਰਦਰ ਜਿਹੜੀ ਆ ਪ੍ਰੋਪਰ ਕਾਰਵਾਈ ਜਿਹੜੀ ਉਹਦੇ ਵਿੱਚ ਮੁਕੱਦਮਾ ਦਰਜ ਜਿਹੜਾ ਕੀਤਾ ਜਾਵੇਗਾ। ਉਹ ਵੀ 13 ਸਾਲ ਦਾ ਬੱਚਾ ਆ, ਇਹ ਆਪਸ 'ਚ ਪਹਿਲਾਂ ਸ਼ਾਇਦ ਜੋ ਤਸਦੀਕ ਹੋਇਆ ਵੀ ਪਹਿਲਾਂ ਕ੍ਰਿਕਟ ਦੀ ਬੋਲ ਤੋਂ ਕੋਈ ਇਹਨਾਂ ਦੀ ਲੜਾਈ ਹੋਈ ਹੈ 1-2 ਦਿਨ ਪਹਿਲਾਂ, ਅਤੇ ਇਹ ਉਸ ਦਿਨ ਫਿਰ ਲੜੇ ਨੇ ਅਤੇ ਜਿਸ ਕਰਕੇ ਉਹਨੂੰ ਸੱਟ ਵਗੈਰਾ ਲੱਗੀ ਹੈ। ਨਹੀਂ ਹੁਣ ਤੱਕ ਜੋ ਤਸਦੀਕ ਹੋ ਰਿਹਾ ਵੀ ਬੱਚਿਆਂ ਦਾ ਆਪਸ 'ਚ ਮਸਲਾ ਹੈ, ਬਾਕੀ ਜੇ ਕਿਸੇ ਵੱਡੇ ਦੀ ਵੀ ਇਨਵੋਲਵਮੈਂਟ ਨਿਕਲੇਗੀ ਤਾਂ ਉਹਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਏਗੀ।